हमारी सुनो न्यूज चैनल के सभी दर्शकों को हमारी ओर से नमस्कार, सत श्री अकाल, आदाब। आप देख रहे हैं हमारी सुनो न्यूज चैनल। देखिए ये आगे की खास खबर। दसवें सहज पाठ ग्रुप अलवाल की ओर से गुरुद्वारा साहिब अलवाल में शुक्राना समागम का किया गया आयोजन। इस अवसर पर भाई हरि सिंह ने शब्द गायन कीर्तन का आयोजन किया। इस अवसर पर श्रीमती कुलविंदर कौर के तत्वावधान में सिख बीबियों को जत्थे को भी सम्मानित किया गया। श्रीमती कुलविंदर कौर मनचिद्दा ने सभी सिख संगत का, महिलाओं का, बीबियों का, जिन्होंने सहज पाठ में भाग लेकर के इस कार्यक्रम को सफल बनाया है, उनका आभार व्यक्त किया। देखिए कार्यक्रम की आंखों देखी ये रिपोर्ट। ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੀ ਗੁਰੂ ਗ੍ਰੰਥ ਸਾਹਿਬ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਦੇ ਚਰਨਾਂ ਕਮਲਾਂ ਵਿੱਚ ਦੋਇਆ ਜੋੜ ਕੇ ਅਰਦਾਸ ਬੇਨਤੀ ਜੋਦੜੀਆ ਸਤਿਗੁਰੂ ਜੀ, ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਹੁਣ ਤੱਕ ਖੁੱਲੇ ਦਰਸ਼ਨ ਦਾਰ ਦੇ ਕੇ ਨਦਰੋ ਨਦਰ ਨਿਹਾਲ ਪ੍ਰਤਾਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ। ਉਹ ਤੁਲਕੀ ਬਾਣੀ ਆਏ ਦਿਨ ਸਰਲੇ ਚਿੰਤ ਮਿਟਾਏ, ਦਿਆਲ ਮੁਖ ਮਿਹਰਬਾਨਾ ਹਰ ਨਾਨਕ ਸਾਜ ਮੁਖਾਨਾ ਮਾਮ ਪੁਆ ਅਨੁਸਾਰ ਸਤਿਗੁਰੂ ਜੀ
ਦਸਵੇਂ ਇਸ ਸਹਿਜ ਪਾਠ ਗੁਰੂ ਵੱਲੋਂ ਸਤਿਗੁਰੂ ਜੀਓ ਆਪ ਜੀ ਦੀ ਰਹਿਮਤ ਕਿਰਪਾ ਹੋਈ। ਸਤਿਗੁਰੂ ਜੀਓ ਸ਼ੁਕਰਾਨਾ ਕਰਦਿਆਂ ਹੋਇਆ ਸੋਹਣੇ ਦੀਵਾਨ ਸਜਾਏ ਗਏ ਸੋਹਣੇ ਦੀਵਾਨਾਂ ਵਿੱਚ ਸਤਿਗੁਰੂ ਜੀਓ ਸ੍ਰੀ ਸਹਿਜ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਅੰਮ੍ਰਿਤ ਨੇ ਬਾਣੀ ਕੀਰਤਨ ਸਤਿਗੁਰੂ ਜੀ ਉਪਰੰਤ ਜਪਜੀ ਸਾਹਿਬ ਅਰਦਾਸ ਸਾਹਿਬ ਉਪਰੰਤ ਅਨੰਦ ਸਾਹਿਬ ਦੇ ਛੇ ਪੌੜੀ ਦੇ ਜਾਪ ਫਿਰ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਪਾਠ ਕਰਦਿਆਂ ਇੱਕ ਨਹੀਂ ਵਿਭਿੰਨ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਵੇਦ ਵਿਚਾਰ ਬੱਚੇ ਸਮਝ ਕੇ ਮਾਫ਼ ਕਰਨਾ ਅੜੇਸ ਨੀ ਬਾਣੀ ਸਿਚਕਣ ਮੈਂ ਪ੍ਰਵਾਨ ਕਰਨੀ ਬਾਣੀ ਦਾ ਭਾਉ ਬਾਣੀ ਦਾ ਨਾਂ ਦਰਾਈ ਸੰਗਤਾਂ ਦੇ ਹਿਰਦੇ ਵਸਾਉਣਾ ਇਸ ਸੰਗਤਾਂ ਦੀ ਹਾਜ਼ਰੀਆਂ ਤੇ ਪੁਰਬਟਾਵਾਂ ਤੁਨ ਪ੍ਰਵਾਨ ਕਰਨੀਆਂ ਮਨੋਕਾਮਨਾ ਪੂਰਨ ਕਰਨੀਆਂ ਗਰਕਾਰਾ ਪਰਿਵਾਰ ਅਸ਼ੁਸ਼ਾਂ ਤੇ ਚੜ੍ਹਦੀ ਕਲਾ ਦੁਨੀਆਂ ਮੈਂ ਦਾਨ ਤੇ ਕਰਨਾ ਸੁਣ ਕੇ ਸਹਾਇਤਾ ਕਰਨੀ ਕਾਰੋਬਾਰ ਸ਼ਿਵਾ ਦੇ ਕਮਿਆਂ ਪ੍ਰਕਤਾਂ ਦੇ ਸਾਹ ਪ੍ਰਦੇਸਾਂ ਵਿਸਾਈ ਉਹਨਾਂ ਦੁੱਖਾਂ ਕਲੇਸ਼ਾਂ ਦਾ ਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਬੱਚੇ ਬੱਚਿਆਂ ਨੂੰ ਦਿਆ ਦਾਨਾ ਤਾਂ ਸਿੱਖੀ ਵਾਲਾ ਜੇ ਬਖਸ਼ਣਾ ਰਹਿਣੀ ਬਹਿਣੀ ਦੀ ਦਾਤ ਮਾਂ ਪਿਤਾ ਦਾ ਗਿਆਕਾਰੀ ਪਾਉਣਾ ਇਸੇ ਤਰ੍ਹਾਂ ਸਤਿਗੁਰੂ ਜੀ ਦਸਵੇਂ ਸਹਿਜ ਪਾਠ ਗੁਰੂ ਤੇ ਸਿਸਤੇ ਮੇਰਾ ਪ੍ਰੇਤ ਆਪਸ ਵਿੱਚ ਮੇਲ ਮਿਲਾਪ ਇਸੇ ਤਰ੍ਹਾਂ ਸਤਿਗੁਰੂ ਜੀ ਵੱਧ ਚੜ੍ਹ ਕੇ ਸੇਵਾ ਕਰਨ ਦੀ ਸਮੂਹ ਤੇ ਬਲ ਉੱਤਮ ਬਖਸ਼ਿਸ਼ ਕਰਨਾ ਦੇਰੁਕਤਾ ਤੰਦਰੁਸਤੀ ਬਖਸ਼ਿਸ਼ ਕਰਨਾ ਸਤਿਗੁਰੂ ਜੀ ਜਿਸ ਜਿਸ ਭਾਵਨਾ ਲਿਖੇ ਆਪ ਜੀ ਦੇ ਚਰਨਾਂ ਕਮਲਾਂ ਜੀ ਅਰਦਾਸ ਬੇਨਤੀ ਸੋ ਸੋ ਭਾਵਨਾ ਮਨੋਕਾਮਨਾ ਪੂਰਨ ਕਰਨੀਆਂ ਆਪ ਜੀ ਦੇ ਹਜ਼ੂਰ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਦੇ ਮਹਾਂਪੁਰਾ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰਬਾਰ ਦੇ ਸੇਵਕ ਕੁਲਵੰਤ ਕੌਰ ਭਾਟਿਆ ਸਤਿਗੁਰੂ ਜੀ ਦੇਰੁਕਤਾ ਨੇ ਅਰਦਾਸ ਬੇਨਤੀ ਚੌਧਰੀ ਹੈ ਸਤਿਗੁਰੂ ਜੀ ਦੇਰੁਕਤਾ ਕੁਦਰਤ ਦੀ ਸੁਖ ਸ਼ਾਂਤੀ ਛੱਡੀ ਕਲਾ ਬਖਸ਼ਿਸ਼ ਕਰਨਾ ਆਪ ਜੀ ਦੇ ਹਜ਼ੂਰ ਮਰਜਨ ਦਾ ਪਰਿਵਾਰ ਵੱਲੋਂ ਸਤਿਗੁਰ ਜੀ ਸੁਪਨਾ ਪਾਉਂਦਾ ਜਾ ਅਰਦਾਸ ਬੇਨਤੀ ਚੌਧਰੀ ਹੈ ਸਤਿਗੁਰ ਜੀ ਪਰਿਵਾਰ ਦੇ ਸਿਸਤੇ ਮੇਰਾ ਪ੍ਰਿਯ ਦਰਪਨਾ ਸੁਖ ਸ਼ਾਂਤੀ ਚੜ੍ਹਦੀ ਕਲਾ ਦੀਆਂ ਦਰਦਾਂ ਬਖਸ਼ਿਸ਼ ਕਰਨਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਬੇਅੰਤ ਮੇ ਅਰਦਾਸ ਬੇਨਤੀ ਚੌਧਰੀ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਕਰਨਾ ਆਪ ਜੀ ਦੇ ਹਜ਼ੂਰ ਦਸਵੇਂ ਸਹਿਜ ਪਾਠ ਗੁਰੂ ਵੱਲੋਂ ਸੋਹਣੇ ਸਹਿਰੇ ਇਸ਼ਟਾਂ ਪ੍ਰਸਾਦ ਪੰਚਨ ਕਰਾ ਪ੍ਰਸ਼ਾਦ ਦੀਆਂ ਦੇਵ ਲੰਗਰ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਨੂੰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਾਧ ਸੰਗਤ ਜਵਤੇ ਜੋ ਛਕੇ ਸਵਰਤ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸ੍ਰੀ ਪਿਆਰੇ ਮੇਲ ਆਪ ਦਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸ਼ਬਦ ਕਾ ਭੁਲਾ ਆਪਣਾ ਆਪਣਾ ਸਨਮਾਨ ਪ੍ਰਾਪਤ ਕਰੋ ਕਿਉਂਕਿ ਆਪਣੇ ਕੋਲ ਹੁਣ ਟਾਈਮ ਵੀ ਜ਼ਿਆਦਾ ਨਹੀਂ ਹੈ ਆ ਜਾਓ ਵਾਹਿਗੁਰੂ ਜੀ ਉਸ ਸਮੇਂ ਦੀ ਗੱਲ ਹੈ ਉਸ ਟਾਈਮ ਤੇ ਪਾਣੀ ਦੇ ਦਿਮਾਗ 'ਚ ਇਹਦੀ ਗੱਲ ਚੱਲੀ ਹੈ ਕਿ ਆਪਾਂ ਮਹਾਰਾਜ ਨਾਲ ਜੁੜਨਾ ਹੈ ਆਪ ਜੀ ਦੇ ਰਹੇ ਦੋ ਔਰ ਸਾਥੀਆਂ ਨੂੰ ਲੈ ਕੇ ਇਹ ਫੈਸਲਾ ਕੀਤਾ ਕਿ ਆਪਾਂ ਸਹਿਜ ਪਾਠ ਕਰਾਂਗੇ ਦਸਮੇਸ਼ ਸਹਿਜ ਪਾਠ ਦੇ ਗਰੁੱਪ ਬਣਾ ਕੇ ਆਪਾਂ ਆਨਲਾਈਨ
ਥਰੂ ਇਹ ਜੋ ਸੇਵਾ ਹੈ ਕਰਾਂਗੇ। ਉਸੇ ਦਿਨ ਤੋਂ ਭੈਣ ਜੀ ਉਹਨਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੈ, ਅੱਜ ਤੱਕ ਇਹ ਸੇਵਾ ਚੱਲ ਰਹੀ ਹੈ, ਕਿੰਨੇ ਕੀ ਪਾਠ ਸਮਾਪਤੀਆਂ ਹੋ ਚੁੱਕੇ ਨੇ। ਇਹ ਬਹੁਤ ਵੱਡੀ ਸੇਵਾ ਹੈ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਬੰਦਾ ਦੁਖੀ ਹੁੰਦਾ ਉਹਨੂੰ ਪਤਾ ਨਹੀਂ ਲੱਗਦਾ ਕੀ ਕਰਨਾ ਕੀ ਨਹੀਂ ਕਰਨਾ, ਪਰ ਭੈਣ ਜੀ ਹੋਣੀ ਜੋ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝਦੇ ਹੋ, ਇਹ ਚੀਜ਼ ਸੋਚ ਕੇ ਉਸ ਦੁੱਖ ਦੇ ਸਮੇਂ ਤੇ ਵੀ ਇਹ ਜੋ ਬਹੁਤ ਵੱਡਾ ਉਪਰਾਲਾ ਕੀਤਾ ਹੈ। ਧੰਨਵਾਦ ਹੈ ਭੈਣ ਜੀ ਦਾ ਕਿ ਅੱਜ ਇਸ ਗਰੁੱਪ 'ਚ ਆਲ ਓਵਰ ਇੰਡੀਆ ਤੋਂ 70 ਤੋਂ ਜ਼ਿਆਦਾ ਮੈਂਬਰ ਜੁੜ ਚੁੱਕੇ ਹਨ। ਸਤਿ ਸੰਗਤ ਜੀ, ਕੋਈ ਛੋਟੀ ਸੇਵਾ ਨਹੀਂ ਹੁੰਦੀ, ਇਹ ਬਹੁਤ ਵੱਡੀ ਸੇਵਾ ਹੁੰਦੀ ਹੈ ਕਿ ਉਪਰਾਲੇ ਕਰਨੇ, ਸਾਰਿਆਂ ਨੂੰ ਇਕੱਠਾ ਕਰਨਾ, ਸਮੇਂ ਕੱਢਣਾ, ਫਿਰ ਵੇਖਣਾ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਕਦੋਂ ਸਮਾਪਤੀ ਕਰਨੀ, ਹਰ ਚੀਜ਼ ਸੰਭਾਲਣੀ ਪੈਂਦੀ ਹੈ। ਇਹ ਬਹੁਤ ਵੱਡੀ ਸੇਵਾ ਹੈ ਜੋ ਭੈਣ ਜੀ ਨਹੀਂ ਕਰ ਰਹੇ ਨੇ, ਅਤੇ ਅੱਜ ਦਾ ਜੋ ਸਮਾਗਮ